ਸਾਡੇ ਜੀ ਜਿਹੜੇ ਸਾਰੇ ਸਕੂਲ ਕਹਿ ਲਓ, ਅਸੀਂ ਖਾਸ ਮੈਸੇਜ ਸਕੂਲ ਦੀ ਗੱਲ ਕਰਿਆ ਜੀ, ਕੇਂਦਰੀ ਵਿਦਿਆਲਿਆ, ਅਸੀਂ ਬੱਚਿਆਂ ਦੇ ਸੰਪੂਰਨ ਵਿਕਾਸ ਦਾ ਅਸੀਂ ਜ਼ਿੰਮਾ ਲਿਆ। ਬੱਚੇ ਦਾ ਕੋਈ ਬੱਚਾ ਲੈ ਲਓ, ਇਹਦੇ 'ਚ ਸਾਰੇ ਬੱਚੇ ਸਾਡੇ ਬਰਾਬਰ ਨੇ, ਅਤੇ ਅਸੀਂ ਚਾਹੁੰਦੇ ਉਹਨਾਂ ਦਾ ਮਾਨਸਿਕ, ਬੌਧਿਕ, ਸਰੀਰਿਕ ਵਿਕਾਸ ਹੋਵੇ, ਅਤੇ ਸਾਰਾ ਜਿਹੜਾ ਪਾਠਕ੍ਰਮ ਹੈ ਇਹ ਸਾਰੀ ਜਿਹੜੀ ਗਤੀਵਿਧੀਆਂ ਹੈ ਉਹ ਇਸੇ ਨਾਲ ਹੀ ਸੰਬੰਧਿਤ ਹੈ। ਕਿਹੜੀਆਂ ਗਤੀਵਿਧੀਆਂ ਜਿਹੜੀਆਂ ਅਸੀਂ ਐਡੀਸ਼ਨਲ ਚਲਾਉਂਦੇ ਹੋ? ਸਾਡੇ ਸਕੂਲ ਦੇ ਵਿੱਚ ਜੀ ਪੜ੍ਹਾਈ ਨੂੰ ਛੱਡ ਕੇ ਤੁਸੀਂ ਉਹ ਦੇਖ ਲਓ, ਸਪੋਰਟਸ ਨੇ, ਐਡਵੈਂਚਰ ਐਕਟੀਵਿਟੀਜ਼ ਨੇ, ਸਕਾਊਟ ਗਾਈਡ ਐਕਟੀਵਿਟੀਜ਼ ਨੇ, ਹੁਣ ਅਸੀਂ NCC ਵੀ ਸੈਂਟਰ ਸਕੂਲ 'ਚ ਲਾਗੂ ਕਰ ਰਹੇ ਜੀ, ਅਤੇ ਬਾਕੀ ਜਿਹੜੀ ਕਰੀਕੁਲਰ ਐਕਟੀਵਿਟੀਜ਼ ਹੈ, ਕੋ ਕਰੀਕੁਲਰ ਐਕਟੀਵਿਟੀਜ਼, ਐਕਸਟਰਾ ਕਰੀਕੁਲਰ ਐਕਟੀਵਿਟੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈ ਇਹ ਬੱਚਿਆਂ ਦੇ ਸੰਪੂਰਨ ਵਿਕਾਸ ਵਾਸਤੇ ਬਹੁਤ ਜ਼ਰੂਰੀ ਹੈ, ਅਤੇ ਅਸੀਂ ਇਹਨਾਂ ਨੂੰ ਲਾਗੂ ਕੀਤਾ ਹੋਇਆ ਜੀ। ਕੋਈ ਵੀ ਕਹਿ ਨੀ ਸਕਦਾ ਕਿ ਆਈ ਐਮ ਏ ਕੰਪਲੀਟ ਐਜੂਕੇਸ਼ਨਿਸਟ, ਨਵੀਆਂ ਟੈਕਨੋਲੋਜੀਜ਼ ਆਉਂਦੀਆਂ, ਨਵੀਆਂ ਸਟ੍ਰੈਟੇਜੀਜ਼ ਆਉਂਦੀਆਂ, ਤੇ ਟੀਚਰਸ ਦੇ 21 ਦਿਨ ਦੇ ਕੋਰਸ ਹੁੰਦੇ ਆ ਜੀ, ਇਨ ਸਰਵਿਸ ਕੋਰਸ ਕਹਿੰਦੇ ਅਸੀਂ, ਤੇ ਅਸੀਂ ਟੀਚਰਾਂ ਨੂੰ ਟ੍ਰੇਨ ਕਰਦੇ ਜਿਹੜੇ ਨਵੇਂ ਪਾਠਕ੍ਰਮ ਆਉਂਦੇ ਉਹਨਾਂ ਦੇ ਬਾਰੇ 'ਚ, ਨਵੇਂ ਟੈਕਨੋਲੋਜੀਜ਼, ਨਵੇਂ ਮੈਥੋਡੋਲੋਜੀਜ਼, ਤੇ ਉਹਨਾਂ ਦੀ ਪ੍ਰੋਫੈਸ਼ਨਲ ਗਰੋਥ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਜੀ, ਤੇ ਜਿਸ ਵੇਲੇ ਉਹ ਕਲਾਸ 'ਚ ਜਾਣ ਉਹਨਾਂ ਨੂੰ ਕੋਨਫੀਡੈਂਸ ਹੋਵੇ ਕਿ ਆਈ ਐਮ ਐਕਸੈਪਟਿਡ ਬਾਈ ਦ ਚਿਲਡਰਨ ਜੀ। ਤੇ ਇਹ ਅਸੀਂ ਗੱਲ ਕੀਤੀ ਬੱਚਿਆਂ ਦੀ ਪੜ੍ਹਾਈ ਦੀ ਗੱਲ, ਤੇ ਇਸ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਬੱਚਿਆਂ ਦੇ ਵਿੱਚ ਤੁਸੀਂ ਆਤਮ ਵਿਸ਼ਵਾਸ ਕਾਇਮ ਕਰਨ ਲਈ ਬੱਚਿਆਂ ਦੀ ਸੰਪੂਰਨ ਵਿਕਾਸ ਦੇ ਵਾਸਤੇ ਜਿਹੜੀਆਂ ਕੋ ਕਰਲ ਐਕਟੀਵਿਟੀਜ਼ ਨੇ, ਐਕਸਟਰਾ ਮੋਰਲ ਐਕਟੀਵਿਟੀਜ਼ ਨੇ, ਉਹ ਵੀ ਚਲਾਉਂਦੇ ਹੋ, ਤੁਸੀਂ ਬੱਚਿਆਂ ਨੂੰ ਵੀ ਜੋੜਦੇ ਹੋ, ਖੁਦ ਵੀ ਜੁੜੇ ਹੋਏ ਹੋ ਇਸ ਚੀਜ਼ ਦੇ ਨਾਲ, ਤੁਹਾਡੇ ਸ਼ੌਕ ਜਿਹੜੇ ਨੇ, ਜਿਵੇਂ ਅਸੀਂ ਸ਼ੁਰੂ 'ਚ ਪ੍ਰੋਗਰਾਮ 'ਚ ਗੱਲ ਕੀਤੀ ਸੀ ਮਿਊਜ਼ਿਕ ਦੀ, ਕਿਸ ਤਰ੍ਹਾਂ ਜੁੜੇ ਹੋਏ ਹੋ ਮਿਊਜ਼ਿਕ ਦੇ ਨਾਲ, ਮਿਊਜ਼ਿਕ ਕੰਪੋਜ਼ਰ ਦੇ ਤੌਰ 'ਤੇ ਤੁਸੀਂ ਆਪਣਾ ਇਹ ਸ਼ੌਕ ਕਿਸ ਤਰ੍ਹਾਂ ਸ਼ੁਰੂ ਕੀਤਾ, ਕਦੋਂ ਕੀਤਾ ਸੀਗਾ? ਇਹ ਜੀ ਮਿਊਜ਼ਿਕ ਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਅਰਜ਼ ਕੀਤਾ ਸੀ, ਮੈਂ ਮਿਊਜ਼ਿਕ ਤੇ ਜਿਹੜਾ ਖਾਸ ਕਰ ਮੈਂ ਹਾਰਮੋਨੀਅਮ ਵੀ ਵਜਾ ਲੈਂਦਾ ਜੀ, ਕੈਸੀਓ ਜੀ, ਤੇ ਅਸੀਂ ਚਾਹਾਂਗੇ ਕਿ ਤੁਸੀਂ ਅੱਜ ਆਇਓ ਤੇ ਆਪਣੀ ਜਿਹੜੀ ਇਹ ਕਲਾ ਹੈ ਮਾਊਥ ਆਰਗਨ ਤੁਸੀਂ ਵਜਾਉਂਦੇ, ਸਾਨੂੰ ਉਹ ਵੀ ਦਿਖਾਓ, ਔਰ ਸਾਨੂੰ ਇਹ ਵੀ ਪਤਾ ਕਿ ਤੁਸੀਂ ਲਿਖਦੇ ਵੀ, ਉਹਦੇ ਬਾਰੇ ਵੀ ਦੱਸੋ ਕੁਛ। ਬਿਲਕੁਲ ਜੀ, ਮੈਂ ਜਿਸ ਤਰ੍ਹਾਂ ਮੈਂ ਤਾਂ ਸਾਰਿਆਂ ਦੀ ਖਿਦਮਤ ਤੇ ਪੇਸ਼ ਕਰ ਰਿਹਾ, ਬਹੁਤ ਅੱਛਾ ਇੱਕ ਗਾਣਾ ਹੈ ਜੀ, ਹਰ ਘੜੀ ਬਦਲ ਰਹੀ ਹੈ ਧੂਪ ਜ਼ਿੰਦਗੀ, ਇਹ ਮੈਂ ਤੁਹਾਡੇ ਸਾਹਮਣੇ ਪ੍ਰਸਤੁਤ ਕਰ ਰਿਹਾ ਜੀ, ਉਹਨਾਂ ਦਾ ਤੁਹਾਨੂੰ ਜੀ ਸਾਨੂੰ ਜ਼ਰੂਰ ਪਸੰਦ ਆਏਗਾ ਤੇ ਸੁਣਾਓ ਜੀ। ਉਹਨਾਂ ਬੱਚਿਆਂ ਵਾਸਤੇ ਲਿਖਿਆ ਜੀ ਜਿਹੜੇ ਬੱਚੇ 12ਵੀਂ ਕਲਾਸ ਤੋਂ ਬਾਹਰ ਨਿਕਲਦੇ ਆ, ਕਾਲਜ ਜਾਂਦੇ ਆ, ਤੇ ਉਹਨਾਂ ਨੂੰ ਲੱਗਦਾ ਕਿ ਦੁਨੀਆਂ ਦੇ ਵਿੱਚ ਅਸੀਂ ਇਕੱਲੇ ਰਹਿ ਗਏ ਹੈ, ਕੋਈ ਪੁੱਛਣ ਵਾਲਾ ਨਹੀਂ ਹੈ, ਤੇ ਮੈਂ ਬਿਲਕੁਲ ਇੱਕ ਮਿੰਟ ਦੇ ਤੁਹਾਡੇ ਸੁਣਾ ਰਿਹਾ ਜੀ, ਇਸ ਤਰ੍ਹਾਂ ਹੈ ਜੀ। ਚਲਤੇ ਹੀ ਜਾਣਾ ਨਾ ਘਬਰਾਨਾ, ਮੰਜ਼ਿਲ ਤੋਂ ਆਏਗੀ ਤੁਝਕੋ ਬੁਲਾਏਗੀ, ਦੂਰ ਨਹੀਂ ਹੈ ਤੇਰਾ ਠਿਕਾਨਾ, ਚਲਤੇ ਹੀ ਜਾਣਾ। ਗੰਜੂ ਸਾਹਿਬ ਬਹੁਤ ਖੂਬ, ਨਾਲ ਦੀ ਨਾਲ ਹੀ ਤੁਸੀਂ ਜਿਵੇਂ ਕਿ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਰਿਹਾ, ਤੇ ਇਹ ਤੁਹਾਡਾ ਇੱਕ ਤਰੀਕੇ ਨਾਲ ਇਹਨਾਂ ਲਾਈਨਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਮੈਸੇਜ ਵੀ ਬੜਾ ਵਧੀਆ ਦਿੱਤਾ ਕਿ ਚਲਤੇ ਹੀ ਜਾਣਾ, ਤੇ ਹੁਣ ਸਾਡਾ ਪ੍ਰੋਗਰਾਮ ਵੀ ਕਹਿ ਰਿਹਾ ਕਿ ਅਸੀਂ ਵੀ ਚੱਲੀਏ, ਤੇ ਜੀ ਆਇਆਂ ਨੂੰ ਪ੍ਰੋਗਰਾਮ ਤੋਂ ਅਸੀਂ ਪ੍ਰਿੰਸੀਪਲ ਐਚ ਕੇ ਗੰਜੂ ਸਾਹਿਬ ਤੁਸੀਂ ਸਾਡੇ ਸਟੂਡੀਓ 'ਚ ਆਏ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਦੂਰਦਰਸ਼ਨ ਦਾ, ਤੁਹਾਡੇ ਸਾਰਿਆਂ ਦਾ, ਥੈਂਕ ਯੂ ਵੈਰੀ ਮਚ, ਸ਼ੁਕਰੀਆ ਜੀ।